ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਰਸ਼ਾ ਗੁਣ। ਟੀਵੀ ਤੇ ਫਿਲਮ ਅਦਾਕਾਰਾ ਹਿਨਾ ਖਾਨ ਨੇ ਹਾਲ ਹੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਫੋਟੋ ਸਾਂਝੀ ਕੀਤੀ ਹੈ, ਜਿਸ ਫੋਟੋ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਹ ਇੱਕ ਖਿੜਕੀ ਤੋਂ ਬਾਹਰ ਆਸਮਾਨ ਵੱਲ ਨੂੰ ਹਿਨਾ ਖਾਨ ਵੇਖ ਰਹੀ ਹੈ। ਬਹੁਤ ਕੁਛ ਇਸ ਸਿਚੁਏਸ਼ਨ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਚੱਲ ਰਿਹਾ ਹੋਏਗਾ। ਔਰ ਇੱਕ ਕੈਪਸ਼ਨ ਜਿਹੜੀ ਇੱਕ ਹਾਰਟ ਦੇ ਉੱਪਰ ਪੱਟੀ ਲਪੇਟੀ ਜਿਹੜੀ ਉਹਨਾਂ ਨੇ ਆਪਣੀ ਕੈਪਸ਼ਨ ਦੇ ਵਿੱਚ ਲਿਖਿਆ ਹੈ। ਔਰ ਹਿਨਾ ਖਾਨ ਨੇ ਜਦ ਆਪਣੇ ਥਰਡ ਸਟੇਜ ਕੈਂਸਰ ਦੀ ਪੋਸਟ ਸਾਂਝੀ ਕੀਤੀ ਸੀਗੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ, ਤਾਂ ਉਹਨਾਂ ਦੇ ਜਿਹੜੇ ਚਾਹੁਣ ਵਾਲੇ ਨੇ ਉਹਨਾਂ ਨੂੰ ਪਿਆਰ ਕਰਦੇ ਨੇ, ਕਾਫੀ ਧੱਕਾ ਲੱਗਾ ਸੀਗਾ ਉਹਨਾਂ ਨੂੰ ਕਿ ਹਿਨਾ ਖਾਨ ਦੇ ਨਾਲ ਅਜਿਹੀ ਬਿਮਾਰੀ ਹਿਨਾ ਖਾਨ ਨੂੰ ਲੱਗ ਗਈ ਹੈ, ਉਹ ਅਜਿਹੀ ਬਿਮਾਰੀ ਦੇ ਨਾਲ ਸਫ਼ਰ ਕਰ ਰਹੇ ਆ। ਪਰ ਹਿਨਾ ਖਾਨ ਨੇ ਬਹੁਤ ਸਟਰੋਂਗ ਰਹਿ ਕੇ ਆਪਣੇ ਸ਼ੂਟਸ ਕੰਟੀਨਿਊ ਕੀਤੇ, ਆਪਣੀ ਜ਼ਿੰਦਗੀ ਦੇ ਵਿੱਚ ਉਹ ਬਹੁਤ ਪੋਜ਼ਿਟਿਵ ਰਹੇ ਔਰ ਉਹਨਾਂ ਲੋਕਾਂ ਨੂੰ ਵੀ ਹਮੇਸ਼ਾ ਪੋਜ਼ਿਟਿਵ ਕਰਦੇ ਆਏ ਜਿਹੜੇ ਇਸ ਬਿਮਾਰੀ ਦੇ ਨਾਲ ਜੂਝ ਰਹੇ ਨੇ, ਹਮੇਸ਼ਾ ਉਹਨਾਂ ਨੂੰ ਮੋਟੀਵੇਟ ਕਰਦੇ ਨਜ਼ਰ ਆਏ। ਹਾਲਾਂਕਿ ਹਿਨਾ ਖਾਨ ਨੇ ਜਦ ਆਪਣੇ ਖੁਦ ਦੇ ਵਾਲ ਕੱਟਦੇ ਹੋਏ ਵੀਡੀਓ ਸਾਂਝੀ ਕੀਤੀ ਸੀਗੀ, ਤਾਂ ਉਹਨਾਂ ਨੇ ਆਪਣੀ ਮਾਂ ਨੂੰ ਵੀ ਬਹੁਤ ਜ਼ਿਆਦਾ ਹਿੰਮਤ ਦਿੱਤੀ ਸੀ, ਹਾਲਤ ਕਿ ਉਹਨਾਂ ਦੀ ਮਾਂ ਬਹੁਤ ਜ਼ਿਆਦਾ ਰੋ ਰਹੇ ਸੀਗੇ, ਤਾਂ ਉਹਨਾਂ ਨੇ ਇਹ ਕਹਿੰਦੇ ਹੋਏ ਉਹ ਵੀਡੀਓ ਪੋਸਟ ਕੀਤੀ ਸੀਗੀ ਕਿ ਇਹ ਸਿਰਫ ਇੱਕ ਵਾਲ ਨੇ, ਉੱਗ ਜਾਣਗੇ। ਔਰ ਇੰਨੀ ਜ਼ਿਆਦਾ ਹਿੰਮਤ ਉਹ ਦਿਖਾ ਰਹੇ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ, ਪਰ ਹਾਲ ਹੀ ਦੇ ਵਿੱਚ ਜਿਹੜੀ ਤਸਵੀਰ ਉਹਨਾਂ ਨੇ ਸਾਂਝੀ ਕੀਤੀ ਉਹ ਕਿਤੇ ਨਾ ਕਿਤੇ, ਅਕਸਰ ਅਸੀਂ ਇਹ ਚੀਜ਼ ਕਹਿੰਦੇ ਹਾਂ ਕਿ ਤਸਵੀਰਾਂ ਆਪਣੇ ਆਪ 'ਚ ਬਹੁਤ ਕੁਝ ਕਹਿੰਦੀਆਂ ਨੇ, ਅਤੇ ਹਿਨਾ ਖਾਨ ਦੀ ਇਹ ਤਸਵੀਰ ਆਪਣੇ ਆਪ 'ਚ ਬਹੁਤ ਕੁਝ ਕਹਿ ਰਹੀ ਹੈ। ਹਿਨਾ ਖਾਨ ਦੇ ਪਿੱਠ ਤੁਸੀਂ ਇਸ ਤਸਵੀਰ ਦੇ ਵਿੱਚ ਵੇਖ ਸਕਦੇ ਹੋ, ਔਰ ਕਿਸ ਤਰੀਕੇ ਦੇ ਨਾਲ ਉਹ ਅਸਮਾਨ ਦੇ ਵੱਲ ਵੇਖਦੇ ਹੋਏ ਨਜ਼ਰ ਆ ਰਹੇ ਨੇ। ਤੁਹਾਨੂੰ ਇਹ ਤਸਵੀਰ ਦੇਖ ਕੇ ਕੀ ਮਹਿਸੂਸ ਹੋ ਰਿਹਾ, ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ। ਔਰ ਹਿਨਾ ਖਾਨ ਨੂੰ ਮੋਟੀਵੇਟ ਕੌਣ ਕਰ ਰਿਹਾ ਹੈ, ਔਰ ਕੀ ਕਹਿਣਾ ਤੁਸੀਂ ਹਿਨਾ ਖਾਨ ਨੂੰ ਚਾਹੁੰਦੇ ਹੋ? ਔਰ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਜਾਂ ਤੁਹਾਡੇ ਨੋਨ ਦੇ ਵਿੱਚ ਅਜਿਹੀ ਕੋਈ ਬਿਮਾਰੀ ਦੇ ਨਾਲ ਲੜ ਰਿਹਾ ਹੈ, ਤਾਂ ਹਮੇਸ਼ਾ ਉਸਨੂੰ ਵੀ ਮੋਟੀਵੇਟ ਕਰੋ, ਉਹਨੂੰ ਵੀ ਹਿੰਮਤ ਦਿਓ, ਹਮੇਸ਼ਾ ਉਹਨਾਂ ਨੂੰ ਵੀ ਪੋਜ਼ਿਟਿਵ ਰੱਖੋ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ।